ਮਿਰਾਸੀਆਂ ਦੇ ਘਰ ਇੱਕ ਬੱਚਾ ਜੰਮ ਪਿਆ ਤੇ ਬੜਾ ਨਸੀਬ ਵਾਲਾ ਬੱਚਾ ਹੈ। ਉਹ ਲਾਂਤੀ ਗਿਆ ਜੰਮਿਆ ਤੇ ਰੁਨਾ ਯਾਰ ਰੁਨਾ ਮਿਰਾਸੀਆਂ ਦੀ ਗਾਂ ਖਾ ਲਈ ਆਈ ਡੱਠੀ ਤੇ ਮਾਰ ਗਈ। ਉਹਨਾਂ ਕਹਿੰਦਾ ਵੀ ਬੱਚਾ ਬੋਰਾ ਲਾਂਤੀ ਸੱਗੀ ਤੇ ਨਾ ਆਉਂਦੇ ਉਹਨੂੰ ਮਾਰੋ ਇਹ ਤਾਂ ਸਾਰੇ ਡੋਰ ਬਾਰ ਮਰਦੇ। ਉਹਦਾ ਪਿਓ ਪਿਆ ਕੇ ਅੱਲਾ ਦਾ ਨਾ ਮੇਰਾ ਤਾਂ ਬੱਚਾ ਹੈ ਮੇਰਾ ਅੱਲਾ ਦੇ ਰਾਏ ਨਾ ਮਰੇ ਆਏ ਪਾ ਉਹ ਸਾਕੇ ਤੇ ਬੋੜੇ ਨੂੰ ਜੋਬ ਕਰਾ ਤੇ ਉਹਨੂੰ ਜੋਬ ਕਰਾਏ ਰਹੇ ਡੱਠੀ ਅੱਲਾ ਨੂੰ ਪਿਆਰੀ ਉਡਾ ਕੇ ਬਾਈ ਇਸੇ ਦੀ ਸੱਗੀ ਤੇ ਨਾ ਆਉਂਦੇ ਨੇ ਉਹਦਾ ਪਿਓ ਪਿਆ ਕੇ ਆਖਰੀ ਚਾਨਣ ਚ ਦੇ ਉਸ ਤੋਂ ਬਾਅਦ ਤੁਹਾਨੂੰ ਛੁੱਟੀ ਉਹ ਸਕ ਜਾ ਵੀ ਤੈਨੂੰ ਆਖਰੀ ਚਾਨਣ ਤੇ ਮੇਰਾ ਸੀ ਇੱਕ ਜਾਣ ਦੀ ਮਿਹਨਤ ਕੀਤੀ ਤੇ ਉਹਨੂੰ ਪਿਆ ਕਿ ਖੁਦਾ ਦਾ ਨਾ ਇਹ 10,000 ਰੁਪਈਆ ਮਹੀਨੇ ਦਾ ਲਾ ਲਾ ਤਰਾਜ ਟਾਈਮ ਦੀ ਰੋਟੀ ਤੇ ਸਾਡਾ ਬੱਚਾ ਨਾ ਰੋਵੇ ਉਹਦਾ ਜਾਟ ਪਿਆ ਕੇ ਮੇਰਾ ਪਿਓਗੇ ਜੇ ਬੱਚਾ ਰੋ ਗਿਆ ਤਾਂ ਤੁਸੀਂ ਫੀਡਰ ਦੋ ਤਾਂ ਮੈਨੂੰ ਪਤਾ ਹੈ ਉਹਨਾਂ ਇੱਡਾ ਲੰਬਾ ਫੀਡਰ ਦੋ ਤਾਂ ਫਰਕ ਹੈ ਤਾਂ ਬੱਚੇ ਦੇ ਸਿਰਾਂ ਦੀ ਉਭਾਈ ਗਿਆ ਜਾਂ ਇੰਨੇ ਬੱਚਾ ਰੋਵਣ ਦਾ ਮੂਡ ਤਾਂ ਬੜਾ ਹੈ ਤਾਂ ਧੋਤਵੇ ਗੜਾਚ ਪੀ ਕੁੱਤੀ ਦੇ ਪੋਤਰਾ ਪੀ ਸਾਰੇ ਘਰ ਦੇ ਜਿਹੜੀ ਗੱਡੀ ਬੈਠਾ ਲੈ ਗੱਲਾਂ ਤੇ ਪੀ ਉਸ ਤੋਂ 6 ਸਾਲ ਬੱਚੇ ਨੂੰ ਨਾ ਰੋਵਣ ਦਿੱਤਾ 6 ਸਾਲ ਤੋਂ ਬਾਅਦ ਬੱਚੇ ਨੂੰ ਜ਼ਬਾਨ ਲੱਗ ਗਈ ਬੱਚੇ ਤਾਂ ਸਦਿਆ ਸਾਡੋ ਦਾਦੂ ਦਾਦੂ ਠੱਠਾ ਉਹਦੀ ਜੇਦ ਨਹੀਂ ਗਈ ਹਜ਼ਰਾਤ ਕੋਈ ਸਾਡੀ ਬਿਰਾਦਰੀ ਦਾ ਬੰਦਾ ਭੁੱਲੇ ਚੁੱਕੇ ਬੱਚੇ ਦੇ ਗੁੱਟਾ ਪਿਆ ਕਿਸੇ ਦਾ ਨੁਕਸਾਨ ਹੋ ਗਿਆ ਸਾਡੀ ਕਾਜ ਦੀ ਬਿਮਾਰੀ ਕਿਹਨਾਂ ਐਲਾਨ ਸੁਣਿਆ ਕਿਹਨਾਂ ਕੋਈ ਨਾ ਸੁਣਿਆ ਤਕਦੀਰ ਬੱਚੇ ਦੇ ਮਾਮੇ ਨੂੰ ਐਦੂ ਚਾਹੀ ਹੁੰਦੀ ਆ ਕਿਉਂ ਮਾਮਾ ਟੱਪੇ ਤੇ ਪਿੱਛੋਂ ਬੱਚੇ ਸਦਿਆ ਮਾਮਾ ਠੱਠਾ ਅੱਲਾ ਨੂੰ ਪਿਆਰ ਹੋ ਹੁਣ ਉਹਦੇ ਪਿਓ ਨੂੰ ਯਾਦ ਨਾ ਰਿਹਾ ਪਿਓ ਪੋਤਰ ਦੇ ਕੁਝ ਟੱਪਣ ਲੱਗਾ ਜੇ ਪਿਓ ਨੂੰ ਆਇਆ ਚੇਤਾ ਵੀ ਪੋਤਰ ਸਦਿੰਦਾ ਜਾਂ ਪਿਓ ਟੱਪੇ ਤੇ ਪਿਓ ਪਿਆ ਕੇ ਨਾ ਅੱਲਾ ਦਾ ਨਾ ਮੈਨੂੰ ਸੱਦੇ ਕੁੱਤੀ ਦੇ ਪੋਤਰਾ ਮੇਰੇ ਪਿੱਛੇ ਨਿੱਕੇ ਨਿੱਕੇ ਮੈਨੂੰ ਨਾ ਸੱਦੇ ਉਹ ਤਾਂ ਹਿਲਿਆ ਖਲਾ ਇੱਛੋ ਵਾਰ ਪਿਓ ਨੂੰ ਸਦਿਆ ਆਖਰੀ 11 ਨੂੰ ਪਾਣੀ ਸਮਝੋ ਆਏ ਅੰਮਾ ਦੀ ਮੰਜੀ ਵੱਡਾ ਪੋਤਰ ਪਿਆ ਆਖੇ ਅੰਮਾ ਅਸੀਂ ਤੇਰੀ ਪਾਲੋ ਨਹੀਂ ਰੋਂਦੇ ਪਏ ਤੂੰ ਲੱਖ ਵੇਰੀ ਮਾਰ ਅਸਾਂ ਤੇ ਇਸ ਵਾਸਤੇ ਰੋਂਦੇ ਪਏ ਬਈ ਕਿਹਦਾ ਇਕਾਸ਼ਾ ਰੱਖੀ ਹੋਈ ਹੈ ਤਾਂ ਸਾਨੂੰ ਦੱਸ ਇਹਨੂੰ ਇਕਾਸ਼ਾ ਲਵਣੀ ਦੇਵਣੀ ਹੈ ਤਾਂ ਤਾਂ ਸਾਨੂੰ ਦੱਸ ਹੁਣ ਬੁਰੀ ਦੱਸੇ ਪਈ 20,000 ਮੋਤੀਆਂ ਦਾ ਦੇਵਣਾ 30,000 ਅਰਾਈਆਂ ਦਾ ਦੇਵਣਾ 60,000 ਇੱਥੇ ਪਰੂ ਸੁਨਾਰਿਆਂ ਦਾ ਦੇਵਣਾ ਤੇ ਵੱਡਾ ਪੋਤਰ ਪਿਆਖੇ ਉਸ ਗੰਦੀ ਦਾ ਮੂੰਹ ਬੰਦ ਕਰੋ ਪਿਛਲਿਆਂ ਦੇ ਜੁੰਡੇ ਬਣਾਈਂਦੀ ਪਈ ਅੰਨੇ ਹਾਫਿਜ਼ ਤੂੰ ਇੱਕ ਨੌਜਵਾਨ ਲੜਕੀ ਮਸਲਾ ਪੁੱਛਿਆ ਅੰਨੇ ਹਾਫਿਜ਼ ਤੂੰ ਨੌਜਵਾਨ ਲੜਕੀ ਮਸਲਾ ਪੁੱਛਿਆ ਉਸ ਆਖਿਆ ਉਸਤਾਦ ਜੀ ਮੈਂ ਆਪਸੇ ਇੱਕ ਮਸਲਾ ਪੁੱਛਣਾ ਚਾਹਤੀ ਹੂੰ ਅੰਨੇ ਹਾਫਿਜ਼ ਦਾ ਹਜ਼ਾਰਾਂ ਮਾਣ ਮਸਲੇ ਪੁੱਛੋ ਲੜਕੀ ਆਖਿਆ ਮੈਨੂੰ ਇਹ ਬਤਾ ਮੈਂ ਕਿਸੇ ਗੈਰ ਮਹਰਮ ਸੇ ਪਿਆਰ ਕਰੂੰ ਕਹੀਂ ਜੁਰਮ ਤਾਂ ਨਹੀਂ ਹੋਗਾ ਅੰਨਾ ਹਾਫਿਜ਼ ਕਿਆ ਕੇ ਸੀਧਾ ਜਹੰਨਮ ਵਿੱਚ ਜਾਓਗੀ ਕਭੀ ਬਚ ਨਹੀਂ ਸਕਤੀ ਨਾ ਹੌਲ ਵਲਾ ਕੋ ਆਤਾ ਹੀ ਨਾ ਬਿਲਾ ਜਹੰਨਮ ਜਹੰਨਮ
लड़कियां कहीं ये तो आपकी बात ठीक है, मैं किसी चाचा साहब लड़के से प्यार करूं तो फिर अन्ना फिर भी जहन्नम, जल जल कर राख हो जाएगी, कीड़े और मकौड़े आपको खा जाएंगे। छोर हो लो जहा कान ने चाखे उस्ताद जी मैं आपके साथ प्यार करूं तो अन्ना पे आखे कितनी चलाक हो जुकाम लग गया नाक बंद हो गया डॉक्टर ते कहते डॉक्टर कौम दा मिरासी हो गया मिरासी डॉक्टर ने जुकाम दा मरीज सलाम पे करे आवाज चेंज है नुन्नो हो गया मरीज भाजी इस तरह करो छटाक दूर जान गाने की छटाक बहुत सर्दी नजर दी दो छटाक ज्यादा प्रवीर दी काफी सुबह दोपहर शाम तुसी सुनना ही है तो लेना ही है मरीज दादा डॉक्टर प्याके अता उल्ल पठाने खान तो परे इस वीडियो का पार्ट टू देखने के लिए हमारे चैनल को सब्सक्राइब कीजिए और साथ मौजूद घंटी के निशान को भी दबाइए।